ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ। ਸਪੈਸ਼ਲੀ ਅੱਜ ਦੀ ਵੀਡੀਓ ਵਿੱਚ ਪੂਰੀ ਜਾਣਕਾਰੀ ਹੋਏਗੀ, ਜਿਹੜੇ ਸਟੂਡੈਂਟ ਗ੍ਰੈਜੂਏਸ਼ਨ ਕਰ ਚੁੱਕੇ ਨੇ ਅਤੇ ਅੱਗੋਂ ਉਹਨਾਂ ਨੇ ਮਾਸਟਰਸ ਲਈ ਅਪਲਾਈ ਕਰਨਾ। ਸੋ ਅੱਜ ਦੇ ਟਾਈਮ ਵਿੱਚ ਅਗਰ ਆਪਾਂ ਦੇਖੀਏ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਨਾਲ ਰੂਲਸ ਅਪਡੇਟ ਹੋ ਰਹੇ ਨੇ ਸਟੱਡੀ ਵੀਜ਼ਾ ਨੂੰ ਲੈ ਕੇ, ਤਾਂ ਮਾਸਟਰਸ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਉਹਨਾਂ 'ਤੇ ਇਹਨਾਂ ਰੂਲਸ ਅਪਡੇਸ਼ਨਸ ਦਾ ਕਿੰਨਾ ਕੁ ਪ੍ਰਭਾਵ ਪੈਣ ਵਾਲਾ, ਉਹਨਾਂ ਲਈ ਕਿਹੜੇ ਰੂਲਸ ਚੇਂਜ ਹੋਏ ਨੇ ਜਾਂ ਫਿਰ ਪ੍ਰੋਸੈਸ ਸਮੂਥਲੀ ਹੀ ਚੱਲ ਰਿਹਾ, ਔਰ ਕਿਸ ਢੰਗ ਨਾਲ ਕਿਹੜੇ ਇਨਟੇਕ ਲਈ ਕਿਹੜੀਆਂ ਰਾਈਟ ਆਪਸ਼ਨਸ ਨਾਲ ਅੱਗੇ ਵੱਧ ਸਕਦਾ ਸਟੂਡੈਂਟ, ਇਹ ਸਾਰੀ ਜਾਣਕਾਰੀ ਰਹੇਗੀ ਅੱਜ ਦੀ ਵੀਡੀਓ ਦੇ ਵਿੱਚ। ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਜ਼ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਮੈਮ, ਜਿਹੜੇ ਰੂਲਸ ਅਪਡੇਟ ਹੋਏ ਨੇ ਜਾਂ ਹੋ ਰਹੇ ਨੇ, ਅੱਗੇ ਆਪਾਂ ਲਗਾਤਾਰ ਦੇਖ ਰਹੇ ਹਾਂ ਕੁਛ ਨਾ ਕੁਛ ਨਵਾਂ ਅਪਡੇਟ ਕੈਨੇਡਾ ਤੋਂ ਆਇਆ ਹੀ ਰਹਿੰਦਾ ਹੈ ਸਟੱਡੀ ਵੀਜ਼ਾ ਨੂੰ ਲੈ ਕੇ, ਚਲੋ ਉਹ ਅਸੀਂ ਦੇਖ ਰਹੇ ਹਾਂ। ਜ਼ਿਆਦਾਤਰ ਗ੍ਰੈਜੂਏਟ ਸਟੂਡੈਂਟ ਜਿਹੜੇ ਗ੍ਰੈਜੂਏਸ਼ਨ ਦੇ ਲਈ ਅਪਲਾਈ ਕਰਨ ਜਾ ਰਹੇ ਨੇ, ਉਹਨਾਂ ਸਟੂਡੈਂਟਸ ਦੇ ਉੱਪਰ ਉਹ ਰੂਲਸ ਐਪਲੀਕੇਬਲ ਨੇ, ਪਰ ਗ੍ਰੈਜੂਏਸ਼ਨ ਜਿਹੜੇ ਸਟੂਡੈਂਟ ਆਲਰੇਡੀ ਹੁਣ ਕਰ ਚੁੱਕੇ ਨੇ, ਉਸ ਤੋਂ ਬਾਅਦ ਜਿਨ੍ਹਾਂ ਨੇ ਮਾਸਟਰਸ ਲਈ ਅਪਲਾਈ ਕਰਨਾ, ਉਹਨਾਂ ਦੇ ਪ੍ਰੋਸੈਸ ਦੇ ਉੱਪਰ ਕਿੰਨਾ ਕੁ ਫਰਕ ਪੈ ਰਿਹਾ ਰੂਲਸ ਅਪਡੇਸ਼ਨ ਦਾ, ਜਾਂ ਫਿਰ ਕੋਈ ਜ਼ਿਆਦਾ ਚੇਂਜਸ ਦੇਖਣ ਨੂੰ ਨਹੀਂ ਮਿਲ ਰਹੇ? ਹਰਜੋਤ, ਜਿਹੜਾ ਮਾਸਟਰਸ ਦਾ ਸਟੂਡੈਂਟ ਹੈ ਆਲ ਓਵਰ ਵਰਲਡ ਇਹ ਵੈਲਕਮ ਕੀਤੇ ਜਾਂਦੇ ਆ, ਕਿਉਂਕਿ ਮੈਚਿਓਰਡ ਸਟੂਡੈਂਟ ਹੈ। ਤੁਸੀਂ ਇਹ ਦੇਖੋ, ਇਸ ਚੀਜ਼ ਤੋਂ ਪਤਾ ਚੱਲਦਾ ਕਿ ਕੈਨੇਡਾ ਨੇ ਬਹੁਤ ਸਾਰੇ ਚੇਂਜਸ ਕੀਤੇ ਆ, ਬਟ ਮਾਸਟਰਸ ਦੇ ਵਾਸਤੇ ਕੋਈ ਚੇਂਜ ਨਹੀਂ। ਨਾ ਕੋਈ ਪੋਸਟ ਸਟੱਡੀ ਵਰਕ ਪਰਮਿਟ 'ਚ ਚੇਂਜ ਹੈ, ਨਾ ਕੋਈ ਸਪਾਊਸ ਦਾ ਚੇਂਜ ਹੈ, ਮਤਲਬ ਨਾ ਕੋਈ ਅਟੈਸਟੇਸ਼ਨ ਆ, ਕੁਛ ਵੀ ਨਹੀਂ ਚਾਹੀਦੀ ਹੈ। ਤੁਸੀਂ 2 ਈਅਰਸ ਦੀ ਮਾਸਟਰ ਜਾਂ 1.5 ਈਅਰ ਜੋ ਵੀ ਯੂਨੀਵਰਸਿਟੀ ਦੀ ਮਾਸਟਰਸ ਹੈ, ਬਸ ਮੇਰਾ ਇਹੀ ਰਿਕੁਐਸਟ ਹੈ ਸਟੂਡੈਂਟਸ ਨੂੰ ਕਿ ਅੱਛੇ ਪ੍ਰੋਗਰਾਮ ਲਓ, ਲਾਈਫ 'ਚ ਵੈਲ ਸੈਟਲਡ ਹੋ। ਤੁਸੀਂ ਜਿਹੜੇ ਮਾਸਟਰਸ ਦੇ ਸਟੂਡੈਂਟ ਹੈ ਫੋਰ ਕੈਨੇਡਾ, ਦੇ ਕੈਨ ਟੇਕ ਦੇਅਰ ਸਪਾਊਸ, ਕਿਉਂਕਿ ਉਹ ਮੈਚੋਰਡ ਸਟੂਡੈਂਟ ਹੈ, ਕਿਉਂਕਿ ਕਾਫੀ ਸਾਰੀ ਮਾਸਟਰਸ ਦੇ ਵਾਸਤੇ ਰਿਕੁਆਇਰਮੈਂਟ ਹੁੰਦੀ ਵਰਕ ਐਕਸਪੀਰੀਅੰਸ ਦੀ। ਬਟ ਕੁਛ ਯੂਨੀਵਰਸਿਟੀਜ਼ ਹੈ ਜਿਨ੍ਹਾਂ ਦੇ ਵਿੱਚ ਜਿੱਦਾਂ MBA ਹੈ, ਉਹਦੇ ਵਿੱਚ 2 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ, 3 ਸਾਲ ਦਾ ਚਾਹੀਦਾ, ਬਟ ਕਾਫੀ ਸਾਰੀ ਮਾਸਟਰਸ ਹੈ ਜਿਨ੍ਹਾਂ ਦੇ ਵਾਸਤੇ ਕੋਈ ਵਰਕ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੈ। ਤੁਸੀਂ ਵਿਦਆਊਟ ਵਰਕ ਐਕਸਪੀਰੀਅੰਸ ਵੀ ਜਾ ਸਕਦੇ ਹੋ, ਅਲੱਗ ਅਲੱਗ ਰਿਕੁਆਇਰਮੈਂਟ ਹੈ। ਆਇਲਸ 6.5 ਮੰਗਦੇ ਜ਼ਿਆਦਾਤਰ ਮਾਸਟਰਸ ਵਾਸਤੇ, 6.5 ਨੋਟ ਲੈਸ ਦੈਨ 6 ਬੈਂਡ। ਬਟ ਰੂਲਸ ਦੇ ਵਿੱਚ ਕਹੀਏ, ਕੈਨੇਡਾ ਦੇ ਰੂਲਸ ਦੇ ਵਿੱਚ ਕੋਈ ਚੇਂਜ ਨਹੀਂ ਹੋਇਆ। ਖਾਲੀ ਜੋ ਚੇਂਜ ਤੁਹਾਡੀ ਐਡਮਿਸ਼ਨ ਐਕਸੈਪਟੈਂਸ ਹੋਣੀ ਚਾਹੀਦੀ ਹੈ, ਯੂਨੀਵਰਸਿਟੀ ਰਿਕੁਆਇਰਮੈਂਟ ਤੁਹਾਡੀ ਫੁਲਫਿਲ ਹੋਣੀ ਚਾਹੀਦੀ ਹੈ ਜੋ ਹੋ ਰਹੀ ਹੈ, ਅਤੇ ਜਿਹੜੇ ਮਾਸਟਰਸ ਦੇ ਪੋਸਟ ਗ੍ਰੈਜੂਏਸ਼ਨ ਦੇ ਸਟੂਡੈਂਟਸ ਹੈ ਉਹਨਾਂ ਦੇ ਵਾਸਤੇ ਕੋਈ ਚੀਜ਼ ਦਾ ਕੋਈ ਚੇਂਜ ਨਹੀਂ ਹੈ। ਬਟ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਆਲਰੇਡੀ ਐਡਮਿਸ਼ਨਸ ਇੰਨੀ ਜ਼ਿਆਦਾ ਹੋਈ ਹੋਈ ਹੈ, ਅਤੇ ਜਿਹੜੇ ਸਟੂਡੈਂਟਸ ਵੀਡੀਓ ਦੇਖ ਰਹੇ ਹੈ ਔਰ ਹਜੇ ਅਪਲਾਈ ਕਰਨਾ ਚਾਹੁੰਦੇ ਆ, ਉਹ ਵਿਦਆਊਟ ਵੇਸਟਿੰਗ ਦੇਅਰ ਟਾਈਮ ਇਮੀਡੀਏਟ ਅਪਲਾਈ ਕਰ ਲੈਣ, ਕਿਉਂਕਿ ਉਹਨਾਂ ਦੇ ਵਾਸਤੇ ਕੋਈ ਚੇਂਜ ਨਹੀਂ ਹੈ, ਅਤੇ ਉਹ ਆਪਣਾ ਟਾਈਮ ਜਿਹੜਾ ਵੇਸਟ ਨਾ ਕਰਦੇ ਹੋਏ ਐਟਲੀਸਟ ਟਾਈਮ 'ਤੇ ਆਪਣਾ ਕੋਰਸ ਸ਼ੁਰੂ ਕਰ ਸਕਦੇ ਹੈ। ਔਰ ਕਿਉਂਕਿ ਇਹਦੇ ਵਿੱਚ ਵੀ ਇੱਕ ਚੀਜ਼ ਹੁੰਦੀ ਹੈ, ਜੇ ਤੁਸੀਂ ਡਿਲੇ ਕਰਦੇ ਹੋ ਜਾਣ ਦੇ ਵਿੱਚ, ਤੁਹਾਡਾ ਅਗਲਾ ਜਿਹੜਾ ਸੈਟਅਪ ਉਹ ਸਾਰਾ ਹਿਲਦਾ, ਕਿਉਂਕਿ ਤੁਸੀਂ ਪੜ੍ਹਾਈ ਕੰਪਲੀਟ ਕਰਨੀ ਹੈ, ਪੜ੍ਹਾਈ ਕੰਪਲੀਟ ਕਰਨ ਦੇ ਬਾਅਦ ਤੁਸੀਂ ਕੋਈ ਜੋਬ ਲੱਭਣੀ ਹੈ, PR ਅਪਲਾਈ ਕਰਨੀ ਹੈ, ਅਤੇ ਜਿੰਨਾ ਡਿਲੇ ਹੋਏਗਾ ਤੁਹਾਡਾ ਅਗਲਾ ਜਿਹੜਾ ਸਿਸਟਮ ਹੈ ਉਹ ਉਨਾ ਹੀ ਡਿਲੇ ਹੋਏਗਾ, ਕਿਉਂਕਿ ਕੈਨੇਡਾ ਦੇ ਵਿੱਚ ਏਜ ਦੇ ਵੀ ਪੁਆਇੰਟ ਹੁੰਦੇ ਆ। ਜਾਂ ਤੁਹਾਡੀ ਇੱਕ ਪਰਟੀਕੁਲਰ ਏਜ ਵੀ ਨਿਕਲ ਜਾਂਦੀ ਹੈ, ਇੱਕ ਦਿਨ ਵੀ ਉੱਪਰ ਹੋ ਜਾਂਦਾ ਉਸ ਏਜ ਦੇ ਵਿੱਚ, ਤਾਂ ਤੁਹਾਡੇ ਉਹ ਵੀ 5 ਪੁਆਇੰਟ ਮਾਰੇ ਜਾਂਦੇ ਆ। ਅਤੇ ਇਸ ਕਰਕੇ ਇਹ ਗੁੱਡ ਨਿਊਜ਼ ਹੈ ਕਿ ਕੈਨੇਡਾ ਦੇ ਸਟੂਡੈਂਟਸ ਵਾਸਤੇ, ਮਾਸਟਰਸ ਵਾਸਤੇ ਕੋਈ ਚੇਂਜ ਨਹੀਂ ਹੈ। ਦੇ ਕੈਨ ਅਪਲਾਈ ਇਮੀਡੀਏਟਲੀ ਔਰ ਅੱਛੇ ਪ੍ਰੋਗਰਾਮਸ ਦੇ ਵਿੱਚ ਤੁਸੀਂ ਅਪਲਾਈ ਕਰੋ,
ਕਿਉਂਕਿ ਹੁਣ ਜਿਹੜਾ ਟਾਈਮ ਆ ਰਿਹਾ ਇਹਨਾਂ ਨੇ ਵੀਜ਼ਾ ਲਿਮਿਟੇਸ਼ਨ ਲਾਈਆਂ, ਕੈਪ ਲਾਈਆਂ, ਕਿਉਂਕਿ ਹਰ ਕਾਲਜ ਤੇ ਹਰ ਯੂਨੀਵਰਸਿਟੀ ਤੇ ਏਰੀਆ ਵਾਈਜ਼ ਕੈਪ ਲੱਗੀਆਂ, ਬਟ ਮਾਸਟਰਸ ਵਾਸਤੇ ਉਹ ਵੀ ਕੈਪ ਨਹੀਂ ਆ। ਤੇ ਤੁਹਾਨੂੰ ਜਿਹੜਾ ਹੈ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ, ਯੂ ਕੈਨ ਅਪਲਾਈ, ਬਟ ਅਪਲਾਈ ਇਨ ਗੁੱਡ ਪ੍ਰੋਗਰਾਮਸ ਜਿਹਦੇ ਨਾਲ ਤੁਹਾਨੂੰ ਜੋਬ ਅੱਛੇ ਮਿਲਣ, ਅੱਛੇ ਪੈਕੇਜਸ ਮਿਲਣ, ਔਰ ਅੱਛੇ ਪ੍ਰੋਗਰਾਮਸ ਦੇ ਵਿੱਚ IT ਇਜ਼ ਆਲਵੇਜ਼ ਔਨ ਦਾ ਟੋਪ। IT ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਇਸ ਟਾਈਮ ਵਧੀਆ ਚੱਲ ਰਿਹਾ, ਦੈਨ ਸਾਈਬਰ ਸਿਕਿਉਰਿਟੀ, ਕਲਾਊਡ ਕੰਪਿਊਟਿੰਗ ਇਹ ਬਿਲਕੁਲ ਟੋਪ 'ਤੇ ਚੱਲ ਰਿਹਾ, ਇੰਜੀਨੀਅਰਿੰਗ ਦੇ ਰਿਲੇਟਿਡ ਕੁਛ ਪ੍ਰੋਗਰਾਮ, ਹੈਲਥ ਸਾਇੰਸ, ਨਰਸਿੰਗ, ਦੀਜ਼ ਆਰ ਰੀਅਲੀ ਗੁੱਡ ਪ੍ਰੋਗਰਾਮਸ, ਤਾਂ ਇਹਨਾਂ ਦੇ ਵਿੱਚ ਤੁਸੀਂ ਜ਼ਰੂਰ ਅਪਲਾਈ ਜੀ। ਸੋ ਮੈਮ, ਜਿਵੇਂ ਅਟੈਸਟੇਸ਼ਨ ਨੂੰ ਲੈ ਕੇ ਅਸੀਂ ਦੇਖਦੇ ਹਾਂ, ਜਿਹਨਾਂ ਨੇ ਗ੍ਰੈਜੂਏਸ਼ਨ ਲਈ ਅਪਲਾਈ ਕਰਨਾ ਉਹਨਾਂ ਨੂੰ ਤਾਂ ਅਟੈਸਟੇਸ਼ਨ ਚਾਹੀਦੀ ਹੈ, ਪਰ ਸਵਾਲ ਸਾਡੇ ਕੋਲ ਉਹਨਾਂ ਸਟੂਡੈਂਟਸ ਦੇ ਵੀ ਨੇ ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਹੁਣ ਮਾਸਟਰਸ ਲਈ ਅਪਲਾਈ ਕਰਨ ਜਾ ਰਹੇ ਨੇ, ਉਹਨਾਂ ਦਾ ਅਕਸਰ ਸਵਾਲ ਹੈ ਕਿ ਕੀ ਸਾਨੂੰ ਵੀ ਅਟੈਸਟੇਸ਼ਨ ਜ਼ਰੂਰੀ ਹੈ? ਨਹੀਂ, ਉਹਨਾਂ ਦੇ ਵਾਸਤੇ ਕੋਈ ਚੇਂਜ ਨਹੀਂ। ਮੈਂ ਤਾਂ ਹੀ ਤਾਂ ਇੱਕ ਵਰਡ 'ਚ ਸਾਰਾ ਕੁਛ ਕੰਪਲੀਟ ਕਰਤਾ ਕਿ ਨਾ ਕੋਈ ਅਟੈਸਟੇਸ਼ਨ ਚਾਹੀਦੀ ਹੈ, ਨਾ ਕੋਈ ਉਹਨਾਂ ਦੇ ਉੱਪਰ ਕੈਪ ਹੈ, ਨਾ ਮਤਲਬ ਨਾ ਕੋਈ ਪੋਸਟ ਸਟੱਡੀ ਵਰਕ ਪਰਮਿਟ 'ਤੇ ਉਹਨਾਂ 'ਤੇ ਕੋਈ ਅਸਰ ਪਿਆ, ਨਾ ਉਹਨਾਂ ਦੇ ਸਪਾਊਸ 'ਤੇ ਫਰਕ ਪਿਆ, ਅਤੇ ਸਾਰਾ ਕੁਛ ਐਸ ਸੱਚ ਚੱਲ ਰਿਹਾ ਉਹਨਾਂ ਦਾ ਜੀ। ਬਿਲਕੁਲ, ਯਾਨੀ ਓਵਰਆਲ ਅਸੀਂ ਦੇਖੀਏ ਤਾਂ ਹੁਣ ਦਾ ਜਿਹੜਾ ਟਾਈਮ ਹੈ ਕੈਨੇਡਾ ਸਟੱਡੀ ਵੀਜ਼ਾ ਲਈ ਦੇਖੀਏ ਤਾਂ ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਹੁਣ ਮਾਸਟਰਸ ਲਈ ਅਪਲਾਈ ਕਰਨ ਜਾ ਰਹੇ ਨੇ ਉਹਨਾਂ ਲਈ ਬਹੁਤ ਹੀ ਚੰਗਾ ਟਾਈਮ ਅਸੀਂ ਦੇਖ ਰਹੇ ਹਾਂ, ਅਤੇ ਵਾਕਈ ਸਟੂਡੈਂਟਸ ਨੂੰ ਇਸ ਟਾਈਮ ਦਾ ਫਾਇਦਾ ਜ਼ਰੂਰ ਲੈਣਾ ਚਾਹੀਦਾ ਹੈ, ਟਾਈਮਲੀ ਅਪਲਾਈ ਕਰਕੇ ਆਪਣਾ ਪ੍ਰੋਸੈਸ ਸ਼ੁਰੂ ਕਰ ਦੇਣਾ ਚਾਹੀਦਾ। ਕੋਈ ਸਵਾਲ ਹੋਵੇ ਅਪਲਾਈ ਕਰਨ ਨੂੰ ਲੈ ਕੇ, ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਆਪਸ਼ਨਸ ਨੂੰ ਲੈ ਕੇ, ਤਾਂ ਜਿਹੜਾ ਨੰਬਰ ਡਿਸਪਲੇ ਇਸ ਉੱਪਰ ਕਾਲ ਕਰਕੇ ਤੁਸੀਂ ਨੈਵੀਗੇਟਰਸ ਓਵਰਸੀਜ਼ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ। ਚੰਗਾ ਹੋਵੇਗਾ ਜੇਕਰ ਤੁਸੀਂ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰੋ, ਜਾਂ ਫਿਰ ਆਪਣੇ ਡਾਕੂਮੈਂਟ ਤੁਸੀਂ ਵਟਸਐਪ ਵੀ ਕਰ ਸਕਦੇ ਹੋ, ਤਾਂ ਕਿ ਅਸੈਸਮੈਂਟ ਕਰਕੇ ਸਹੀ ਚੀਜ਼ਾਂ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ। ਬਹੁਤ ਬਹੁਤ ਥੈਂਕਸ ਮੈਮ, ਮੈਂ ਪੂਰੀ ਡਿਟੇਲ ਵਿੱਚ ਤੁਸੀਂ ਜਾਣਕਾਰੀ ਜੋ ਹੈ ਸਟੂਡੈਂਟਸ ਦੇ ਨਾਲ ਸਾਂਝੀ ਕੀਤੀ ਹੈ। ਇਸ ਜਾਣਕਾਰੀ ਦੇ ਨਾਲ ਸਟੂਡੈਂਟਸ ਨੂੰ ਕਾਫੀ ਫਾਇਦਾ ਜ਼ਰੂਰ ਮਿਲਣ ਵਾਲਾ ਹੈ। ਆਪਣੇ ਸਵਾਲ ਸਟੂਡੈਂਟਸ ਕਮੈਂਟ ਸੈਕਸ਼ਨ ਵਿੱਚ ਵੀ ਸਾਡੇ ਨਾਲ ਸਾਂਝੇ ਜ਼ਰੂਰ ਕਰ ਸਕਦੇ ਨੇ। ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।